ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁ ਸੋਚਦਾ ਹੈ ਪਰ ਹੁੰਦਾ ਉਹੀ ਹੈ ਜੋ ਰੱਬ ਨੂੰ ਮਨਜ਼ੂਰ ਹੁੰਦਾ ਹੈ ਬੰਦਾ ਤਾਂ ਸੋਚਦਾ ਹੈ ਕਿ ਉਸ ਨੂੰ ਸਾਰੀਆਂ ਖੁਸ਼ੀਆਂ ਮਿਲ ਜਾਣ ਆਉਣ ਵਾਲੇ ਕੱਲ ਲਈ ਇੱਥੋਂ ਤੱਕ ਕਿ ਆਉਣ ਵਾਲੇ 10 ਸਾਲਾਂ ਲਈ 20 ਸਾਲਾਂ ਲਈ ਇੱਥੋਂ ਤੱਕ ਕਿ ਸਾਰੀ ਉਮਰ ਦੀਆਂ ਵਿਉਂਤਾਂ ਬਣਾ ਕੇ ਬੈਠ ਜਾਂਦਾ ਹੈ ਬੰਦਾ ਪਰ ਜੋ ਰੱਬ ਦੀ ਵਿਉਂਤ ਹੁੰਦੀ ਹੈ ਉਸ ਦੇ ਅੱਗੇ ਕੁਝ ਨਹੀਂ ਚੱਲਦਾ ਕਿਸੇ ਦਾ ਬਸ ਨਹੀਂ ਚੱਲਦਾ ਕਿਉਂਕਿ ਜੋ ਰੱਬ ਨੇ ਸੋਚਿਆ ਹੈ ਹੋਣਾ ਉਹੀ ਹੈ ਪਰ ਕਈ ਵਾਰ ਅਫਸੋਸ ਜ਼ਰੂਰ ਹੁੰਦਾ ਹੈ ਕਿ ਰੱਬ ਨੇ ਇੰਨਾ ਮਾੜਾ ਕਿਉਂ ਸੋਚਿਆ ਕਿ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਥੋੜੀ ਜਿਹੀ ਖੁਸ਼ੀ ਦਾ ਵੀ ਹੱਕ ਨਹੀਂ ਹੈ ਇਸ ਤਰ੍ਹਾਂ ਦੇ ਕਈ ਖਿਆਲ ਮਨ ਦੇ ਵਿੱਚ ਆਉਂਦੇ ਨੇ ਪਰ ਰੱਬ ਦਾ ਪਾਣਾ ਮਿੱਠਾ ਕਰਕੇ ਮੰਨਣਾ ਪੈਂਦਾ ਹੈ ਅੱਜ ਸਵੇਰੇ ਬੇहद ਮੰਦ ਭਾਗੀ ਖਬਰ ਆਈ ਸਵੇਰ ਤੋਂ ਮੀਡੀਆ ਚੈਨਲਾਂ ਦੇ ਉੱਤੇ ਇੱਕ ਖਬਰ ਸਰਕੂਲੇਟ ਹੋ ਰਹੀ ਹੈ ਮੋਗਾ ਦੇ ਵਿੱਚ ਇੱਕ ਬਰਾਤ ਵਾਲੀ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਮੋਗਾ ਦੇ ਵਿੱਚ ਐਤਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ ਹਾਦਸੇ ਦੀ ਸ਼ਿਕਾਰ ਡੋਲੀ ਵਾਲੀ ਕਾਰ ਦੇ ਵਿੱਚ ਸਵਾਰ ਲਾੜੇ ਸਮੇਤ 4 ਲੋਕਾਂ ਦੀ ਮੌਤ ਹੋਈ ਹੈ ਹਾਦਸਾ ਲੁਧਿਆਣਾ ਫਿਰੋਜ਼ਪੁਰ مین ਰੋਡ ਉੱਤੇ ਅਜੀਤਵਾਲ ਦੇ ਨੇੜੇ ਵਾਪਰਿਆ ਘਟਨਾ ਦੀ ਸੂਚਨਾ ਮਿਲਦੇ ਹੀ ਮੋਗਾ ਪੁਲਿਸ ਜਾਂਚ ਲਈ ਮੌਕੇ ਤੇ ਪਹੁੰਚ ਗਈ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਵੀ ਦੇ ਦਿੱਤੀ ਹਾਦਸੇ ਦੇ ਵਿੱਚ ਲਾੜੇ ਸੁਖਵਿੰਦਰ ਸਿੰਘ ਅਰਸ਼ਦੀਪ ਕੌਰ ਸਿਮਰਨ ਕੌਰ ਅਤੇ ਅੰਗਰੇਂਜ ਸਿੰਘ ਦੀ ਮੌਤ ਹੋਈ ਹੈ ਹੁਣ ਤੱਕ ਜਾਂਚ ਦੇ ਵਿੱਚ ਜੋ ਸਾਹਮਣੇ ਆਇਆ ਉਸ ਦੇ ਮੁਤਾਬਕ ਹਾਦਸਾ ਜ਼ਿਆਦਾ ਧੁੰਦ ਕਰਨ ਵਾਪਰਿਆ ਹੈ ਹਾਦਸੇ ਵਿੱਚ ਜਿਸ ਬੱਚੀ ਦੀ ਮੌਤ ਹੋਈ ਹੈ ਉਸ ਦੀ ਉਮਰ ਮਹਿਜ 4 ਸਾਲ ਸੀ ਬੜੇ ਚਾਵਾਂ ਦੇ ਨਾਲ ਉਹ ਆਪਣੀ ਚਾਚੀ ਦੇ ਨਾਲ ਬਰਾਤਵਾਰੀ ਕਾਰ ਦੇ ਵਿੱਚ ਸਵਾਰ ਹੋਈ ਹੋਵੇਗੀ ਉਸ ਨੇ ਸੋਚਿਆ ਹੋਵੇਗਾ ਕਿ ਸ਼ਾਇਦ ਇਸ ਕਾਰ ਦੇ ਵਿੱਚ ਬੈਠ ਕੇ ਉਹ ਵਿਆਹ ਨੂੰ ਜ਼ਿਆਦਾ ਇੰਜੋਏ ਕਰ ਸਕਦੀ ਹੈ ਆਪਣੀ ਚਾਚੀ ਦੇ ਨਾਲ ਜ਼ਿਆਦਾ ਪਲ ਬਿਤਾ ਸਕਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਕਿ ਵਾੜਾਤ ਵਾਲੀ ਕਾਰ ਇਹਨਾਂ ਨੂੰ ਆਖਰੀ ਸਫ਼ਰ ਦੇ ਉੱਤੇ ਲੈ ਕੇ ਜਾ ਰਹੀ ਹੈ। ਲੁਧਿਆਣਾ ਦੇ ਬੱਧੋਵਾਲ ਦੇ ਵਿੱਚ ਸੋਸਾਇਟੀ ਵੱਲੋਂ 21 ਕੁੜੀਆਂ ਦਾ ਸਮੂਹਿਕ ਵਿਆਹ ਕਰਵਾਇਆ ਜਾ ਰਿਹਾ ਸੀ ਜਿੱਥੇ ਜਲਾਲਾਬਾਦ ਦੇ ਇਸ ਜੋੜੇ ਦਾ ਵੀ ਵਿਆਹ ਹੋਣਾ ਸੀ। ਕੁੜੀ ਵਾਲੇ ਪਹੁੰਚ ਚੁੱਕੇ ਸੀ ਪਰ ਵਾੜਾਤ ਦਾ ਇੰਤਜ਼ਾਰ ਕਰ ਰਹੇ ਸੀ ਪਰ ਨਹੀਂ ਪਤਾ ਸੀ ਕਿ ਇਹ ਮੰਦਭਾਗੀ ਖਬਰ ਉਹਨਾਂ ਦੇ ਤੱਕ ਪਹੁੰਚੇਗੀ। ਜਦੋਂ ਲਾੜੀ ਨੂੰ ਖਬਰ ਦਿੱਤੀ ਗਈ ਕਿ ਉਸਦੇ ਲਾੜੇ ਦੀ ਮੌਤ ਰਸਤੇ ਦੇ ਵਿੱਚ ਹੀ ਹੋ ਗਈ ਹੈ ਤਾਂ ਉਸ ਦੇ ਉੱਤੇ ਦੁੱਖ ਦਾ ਪਹਾੜ ਟੁੱਟ ਗਿਆ। ਗਰੀਬ ਕੁੜੀ ਜਿਸ ਨੇ ਕਈ ਸੁਪਨੇ ਸਜਾਏ ਸੀ ਵਿਆਹ ਨੂੰ ਲੈ ਕੇ ਉਹ ਵਿਆਹ ਦੇ ਸੁਪਨੇ ਤਾਂ ਸ਼ਾਇਦ ਦੇ ਸਮੂਹਿਕ ਵਿਆਹ ਦੇ ਵਿੱਚ ਪੂਰੇ ਹੋਣ ਜਾ ਰਹੇ ਸੀ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ। ਉਸਦੇ ਲਾੜੇ ਦੀ ਮੌਤ ਰਸਤੇ ਦੇ ਵਿੱਚ ਹੋ ਗਈ। ਉਸ ਦਾ ਮਿਲਾਪ ਉਸ ਦੇ ਨਾਲ ਹੋਣਾ ਵੀ ਸੰਭਵ ਨਾ ਹੋ ਸਕਿਆ। ਲਾੜੇ ਬਣੇ ਆਪਣੇ ਸਹਿਰਾ ਸਜਾਏ ਆਪਣੇ ਲਾੜੇ ਨੂੰ ਉਹ ਦੇਖ ਵੀ ਨਾ ਸਕੇ ਕਿ ਕਫਨ ਦੇ ਵਿੱਚ ਉਸ ਨੂੰ ਦੇਖਣਾ ਪਵੇਗਾ ਤਸਵੀਰਾਂ ਬੇहद ਹੈਰਾਨ ਕਰਦੀਆਂ ਨੇ ਖੜੇ ਟਰਾਲੇ ਦੇ ਨਾਲ ਇਸਕਾਰ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਹੈ ਕਾਰ ਦੇ ਪਰਖੱਚੇ ਉੜ ਗਏ ਨੇ ਅਤੇ ਨਾਲ ਹੀ ਉੜ ਗਏ ਨੇ ਇਹਨਾਂ ਦੋ 마ਸੂਮ ਜ਼ਿੰਦਗੀਆਂ ਜਿਨ੍ਹਾਂ ਨੇ ਜ਼ਿੰਦਗੀ ਪਰਦੇਸ ਸਾਥ ਸੋਚ ਲਿਆ ਸੀ ਉਹਨਾਂ ਦੇ ਸੁਪਨਿਆਂ ਦੇ ਪਰਖੱਚੇ ਤਾਂ ਬੇहद ਹੈਰਾਨ ਕਰਦਾ ਇਹ ਮਾਮਲਾ ਸਾਹਮਣੇ ਆਇਆ ਹੈ ਹੈਰਾਨਗੀ ਤਾਂ ਸ਼ਾਇਦ ਨਹੀਂ ਕਵਾਂਗੇ ਕਿਉਂਕਿ ਜੇ ਇਹ ਕਾਰਨਾ ਹੁੰਦੀ ਤਾਂ ਸ਼ਾਇਦ ਕੋਈ ਹੋਰ ਕਾਰ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਪਰ ਰੱਬ ਦਾ ਪਾਣਾ ਦੇਖ ਕੇ ਬਹੁਤ ਅਫਸੋਸ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਵਿੱਚ ਜ਼ਿੰਦਗੀ ਖਤਮ ਹੋ ਗਈ ਇੱਕ ਪਰਿਵਾਰ ਦੇ ਵਿੱਚ ਕਈ ਜ਼ਿੰਦਗੀਆਂ ਖਤਮ ਹੋ ਗਈਆਂ ਔਰ ਸਭ ਤੋਂ ਜ਼ਿਆਦਾ ਦੁੱਖ ਉਸ ਮਾਸੂਮ ਬੱਚੀ ਦਾ ਜੋ ਬੜੇ ਚਾਅ ਨਾਲ ਆਪਣੇ ਚਾਚੇ ਦੇ ਨਾਲ ਬਰਾਤ ਵਾਲੀ ਗੱਡੀ ਦੇ ਵਿੱਚ ਸਵਾਰ ਹੋਈ ਸੀ ਸਮਝ ਨਹੀਂ ਹੁੰਦਾ ਕਿ ਕਿਸ ਦੁੱਖ ਨੂੰ ਜ਼ਿਆਦਾ ਵੱਡਾ ਕਹੀਏ ਕਿਉਂਕਿ ਚਾਰ ਜ਼ਿੰਦਗੀਆਂ ਗਈਆਂ ਨੇ ਪਰ ਉਹਨਾਂ ਦੇ ਨਾਲ ਜੁੜੀਆਂ ਕਈ ਜ਼ਿੰਦਗੀਆਂ ਤਬਾਹ ਹੋ ਗਈਆਂ ਨੇ ਉਹ ਕੁੜੀ ਜਿਸ ਦਾ ਵਿਆਹ 21 ਸਮੂਹਿਕ ਵਿਆਹਾਂ ਦੇ ਨਾਲ ਹੋਣਾ ਸੀ ਉਸ ਕੁੜੀ ਦੇ ਸੁਪਨੇ ਤਬਾਹ ਹੋ ਗਏ ਉਸ ਕੁੜੀ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਖੁਸ਼ੀਆਂ ਉਸ ਦੇ ਦਰਦ ਤੋਂ ਆ ਕੇ ਇਸ ਤਰ੍ਹਾਂ ਮੁਰਝਾਣਗੀਆਂ ਤੇ ਦੂਜੇ ਪਾਸੇ ਉਹ ਲਾੜਾ ਜੋ ਆਪਣੇ ਵਿਆਹ ਲਈ ਤਿਆਰ ਹੋਇਆ ਸੀ ਇੱਕ ਦਿਨ ਪਹਿਲਾਂ ਜਿਸ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਨਹੀਂ ਸੋਚਿਆ ਹੋਵੇਗਾ ਕਿਸੇ ਨੇ ਕਿ ਦੂਸਰੇ ਦਿਨ ਇਸ ਤਰ੍ਹਾਂ ਵਹਿਣ ਪੈ ਜਾਣਗੇ ਤਾਂ ਬੇहद ਮੰਦ ਭਾਗੀ ਖਬਰ ਇਹ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਪੂਰਾ ਪੰਜਾਬ ਅੱਜ ਰੋ ਰਿਹਾ ਹੈ ਆਏ ਦਿਨ ਕਿਤੇ ਨਾ ਕਿਤੇ ਹਾਦਸੇ ਵਾਪਰਦੇ ਨੇ ਔਰ ਇਸ ਤਰ੍ਹਾਂ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ ਹਰ ਵਾਰ ਕਿਹਾ ਜਾਂਦਾ ਹੈ ਕਿ ਕਾਲੀ ਨਾਲੋਂ ਦੇਰੀ ਚੰਗੀ ਕਿਉਂਕਿ ਤੁਸੀਂ ਆਪਣੀ ਮੰਜ਼ਿਲ ਤੇ ਤਾਂ ਪਹੁੰਚ ਜਾਵੋਗੇ ਬਾਰੇ ਉਹ ਦੇਰੀ ਕਿ ਤੁਸੀਂ ਆਪਣੀ ਮੰਜ਼ਿਲ ਤੱਕ ਕਦੀ ਵੀ ਨਾ ਪਹੁੰਚ ਜਾਵੋ ਤਾਂ ਉਹਦੇ ਨਾਲੋਂ ਤਾਂ ਇਹ ਕੁਝ ਪਲਾਂ ਦੀ ਦੇਰੀ ਠੀਕ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਵਿਆਹ ਹੁੰਦੇ ਨੇ ਤਾਂ ਬਹੁਤ ਰੌਲਾ ਰੱਪਾ ਪਾਇਆ ਜਾਂਦਾ ਹੈ ਕਿ ਟਾਈਮ ਸਿਰ ਸਮੇਂ ਸਿਰ ਬਰਾਤ ਪਹੁੰਚ ਜਾਵੇ ਪਰ ਕਦੇ ਵੀ ਸ਼ਾਇਦ ਬਰਾਤ ਟਾਈਮ ਸਿਰ ਨਹੀਂ ਪਹੁੰਚਦੀ ਪਰ ਰਸਤੇ ਦੇ ਵਿੱਚ ਕਈ ਵਾਰ ਧੁੰਦ ਕਈ ਵਾਰ ਧੂਆਂ ਤੇ ਕਈ ਵਾਰ ਤੇਜ਼ ਰਫਤਾਰ ਗੱਡੀਆਂ ਤੇ ਕਈ ਵਾਰ ਸਰਕਾਂ ਦੇ ਉੱਤੇ ਖੜੇ ਟਰਾਲੇ ਕਾਲ ਬਣ ਕੇ ਖੜੇ ਕਿਸੇ ਨਾ ਕਿਸੇ ਦਾ ਇੰਤਜ਼ਾਰ ਕਰਦੇ ਨੇ ਜਰੂਰਤ ਹੈ ਇਹ ਜੇ ਹਾਦਸਿਆਂ ਨੂੰ ਰੋਕਣ ਦੀ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੇ ਆਪਣੇ ਪੱਧਰ ਦੇ ਉੱਤੇ ਆਪਣਾ ਆਪਣਾ ਬਚਾ ਕਰਨ ਦੀ ਤਾਂ ਜੋ ਕਿਸੇ ਦਾ ਪਰਿਵਾਰ ਇਸ ਤਰ੍ਹਾਂ ਤਬਾਹ ਨਾ ਹੋਵੇ ਕਿਸੇ ਦੇ ਸੁਪਨੇ ਇਸ ਤਰ੍ਹਾਂ ਤਬਾਹ ਨਾ ਹੋਣ ਫਿਲਹਾਲ ਇਸ ਬੇਹਦ ਮੰਦ ਭਾਗੀ ਖਬਰ ਨੂੰ ਦੇਖ ਕੇ ਦਿਲ ਰੋ ਰਿਹਾ ਹੈ ਉਹ ਲਾੜਾ ਜਿਸ ਦੇ ਕੁਝ ਸਮਾਂ ਪਹਿਲਾਂ ਸਹਰਾ ਸਜਾਇਆ ਗਿਆ ਸੀ ਹੁਣ ਉਸ ਦੇ ਕਫਨ ਸਜਾਇਆ ਗਿਆ ਸਹਰਾ ਤਾਂ ਹੁਣ ਵੀ ਸਜਾਇਆ ਜਾਵੇਗਾ ਪਰ ਆਖਰੀ ਵਾਰ ਦਾ ਉਹ ਸਹਰਾ ਹੋਵੇਗਾ ਪਰ ਉਸ ਸਹਰੇ ਨੂੰ ਭਾਗ ਜੋ ਲੱਗਣੇ ਸੀ ਉਹ ਭਾਗ ਸ਼ਾਇਦ ਨਹੀਂ ਲੱਗ ਸਕੇ